ਤਾਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇੱਕ ਟਰੱਕ ਦੇ ਹੇਠਾਂ ਆਉਣ ਕਾਰਨ ਮਾਂ ਧੀ ਦੀ ਮੌਤ ਹੋ ਗਈ ਹੈ। ਦਰਅਸਲ ਇਹ ਦੋਵੇਂ ਜਣੀਆਂ ਇੱਕ ਆਟੋ ਦੇ ਵਿੱਚ ਈ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੀਆਂ ਸੀ ਤਾਂ ਰਾਹ ਦੇ ਵਿੱਚ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ। ਟਰੱਕ ਈ ਰਿਕਸ਼ਾ ਦੇ ਵਿੱਚ ਟੱਕਰ ਮਾਰਦਾ ਹੈ। ਮਾਂ ਧੀ ਬਾਹਰ ਉੱਛਲ ਕੇ ਡਿੱਗਦੀਆਂ ਨੇ ਅਤੇ ਉੱਤੋਂ ਦੀ ਟਰੱਕ ਲੰਘ ਜਾਂਦਾ ਹੈ, ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ ਹੈ। ਤਾਂ ਇੱਕ ਮਾਸੂਮ ਅਤੇ ਇੱਕ ਮਾਂ ਦੀ ਜਾਨ ਚਲੀ ਗਈ ਇਸ ਹਾਦਸੇ ਦੇ ਵਿੱਚ। ਤਾਂ ਤੇਜ਼ ਰਫ਼ਤਾਰ ਕਾਰਨ ਲਗਾਤਾਰ ਦਿਨ ਪ੍ਰਤੀ ਦਿਨ ਜਿਹੜੇ ਹਾਦਸੇ ਨੇ ਉਹ ਵੱਧਦੇ ਜਾ ਰਹੇ ਨੇ। ਕਈ ਹਾਦਸੇ ਧੁੰਦ ਦੇ ਕਰਕੇ ਹੁੰਦੇ ਨੇ ਅਤੇ ਕਈ ਹਾਦਸੇ ਆਪਣੀ ਲਾਪਰਵਾਹੀ ਕਰਕੇ। ਇਹ ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ ਕਿ ਈ ਰਿਕਸ਼ਾ ਦੇ ਵਿੱਚ ਟੱਕਰ ਮਾਰਨ ਤੋਂ ਬਾਅਦ ਇੱਕ ਮਾਂ ਧੀ ਦੀ ਮੌਤ ਹੋ ਗਈ ਹੈ। ਦਰਅਸਲ ਮਾਮਲਾ ਗੁਰਦਾਸਪੁਰ ਦੇ ਹਰਦੋਸ਼ਨੀ ਬਾਈਪਾਸ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਚੌਂਕ ਦੇ ਵਿੱਚ ਟਰੱਕ ਹੇਠਾਂ ਆਉਣ ਨਾਲ ਈ ਰਿਕਸ਼ਾ ਸਵਾਰ ਮਾਂ ਬੇਟੀ ਦੀ ਮੌਤ ਹੋ ਗਈ ਹੈ। ਤਾਂ ਮੰਦਭਾਗੀ ਖਬਰ ਹੈ, ਘਰ ਦੇ ਵਿੱਚ ਸੱਥਰ ਵੇਚ ਚੁੱਕੇ ਨੇ। ਇੱਕੋ ਝਟਕੇ ਦੇ ਵਿੱਚ ਪੂਰਾ ਪਰਿਵਾਰ ਉੱਜੜ ਗਿਆ। ਮਾਂ ਅਤੇ ਧੀ ਦੀ ਮੌਤ ਹੋ ਗਈ ਹੈ। ਘਰੋਂ ਕਿਸੇ ਕੰਮ ਦੇ ਲਈ ਰਿਕਸ਼ਾ 'ਤੇ ਬੈਠ ਨਿਕਲੀਆਂ ਸੀ ਅਤੇ ਇਹਨਾਂ ਨੂੰ ਨਹੀਂ ਪਤਾ ਸੀ ਕਿ ਅੱਗੇ ਇਹਨਾਂ ਦੇ ਨਾਲ ਇਹ ਵਾਪਰ ਜਾਵੇਗਾ। ਤਾਂ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਗੁਰਦਾਸਪੁਰ ਦੇ ਹਰਦੋਸ਼ਨੀ ਬਾਈਪਾਸ ਚੌਂਕ ਦੇ ਵਿੱਚ, ਜਿੱਥੇ ਇੱਕੋ ਝਟਕੇ ਦੇ ਵਿੱਚ ਪਰਿਵਾਰ ਉੱਜੜ ਗਿਆ, ਮਾਂ ਧੀ ਦੀ ਮੌਤ ਹੋ ਗਈ। ਤਸਵੀਰਾਂ ਦੇ ਵਿੱਚ ਤੁਹਾਨੂੰ ਟਰੱਕ ਦਿਖ ਰਿਹਾ ਹੋਵੇਗਾ, ਕਾਫ਼ੀ ਤੇਜ਼ ਰਫ਼ਤਾਰ ਦੇ ਨਾਲ ਇਹ ਟਰੱਕ ਆ ਰਿਹਾ ਸੀ। PB8 ਯਾਨੀ ਕਿ ਜਲੰਧਰ ਦਾ ਇਸਦਾ ਨੰਬਰ ਹੈ ਟਰੱਕ ਦਾ, ਅਤੇ ਇਸੇ ਟਰੱਕ ਦੇ ਹੇਠਾਂ ਆਉਣ ਦੇ ਕਰਕੇ ਇੱਕ ਮਾਂ ਧੀ ਦੀ ਮੌਤ ਹੋ ਗਈ। ਇੱਕੋ ਝਟਕੇ ਦੇ ਵਿੱਚ ਦੋ ਜਾਨਾਂ ਚਲੀਆਂ ਗਈਆਂ, ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਤਾਂ ਗੁਰਦਾਸਪੁਰ ਦੇ ਹਰਦੋਸ਼ਨੀ ਬਾਈਪਾਸ ਦੇ ਵਿੱਚ ਇੱਕ ਟਰੱਕ ਦੇ ਹੇਠਾਂ ਆਉਣ ਕਾਰਨ ਮਾਂ ਅਤੇ ਧੀ ਦੀ ਮੌਤ ਹੋ ਗਈ। ਤਾਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਇੱਕ ਟਰੱਕ ਦੇ ਹੇਠਾਂ ਆਉਣ ਕਾਰਨ ਮਾਂ ਧੀ ਦੀ ਮੌਤ ਹੋ ਗਈ ਹੈ। ਦਰਅਸਲ ਇਹ ਦੋਵੇਂ ਜਣੀਆਂ ਇੱਕ ਆਟੋ ਦੇ ਵਿੱਚ ਈ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੀਆਂ ਸੀ ਤਾਂ ਰਾਹ ਦੇ ਵਿੱਚ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ। ਟਰੱਕ ਈ ਰਿਕਸ਼ਾ ਦੇ ਵਿੱਚ ਟੱਕਰ ਮਾਰਦਾ ਹੈ। ਮਾਂ ਧੀ ਬਾਹਰ ਉੱਛਲ ਕੇ ਡਿੱਗਦੀਆਂ ਨੇ ਅਤੇ ਉੱਤੋਂ ਦੀ ਟਰੱਕ ਲੰਘ ਜਾਂਦਾ ਹੈ, ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ ਹੈ। ਤਾਂ ਇੱਕ ਮਾਸੂਮ ਅਤੇ ਇੱਕ ਮਾਂ ਦੀ ਜਾਨ ਚਲੀ ਗਈ ਇਸ ਹਾਦਸੇ ਦੇ ਵਿੱਚ। ਤਾਂ ਤੇਜ਼ ਰਫ਼ਤਾਰ ਕਾਰਨ ਲਗਾਤਾਰ ਦਿਨ ਪ੍ਰਤੀ ਦਿਨ ਜਿਹੜੇ ਹਾਦਸੇ ਨੇ ਉਹ ਵੱਧਦੇ ਜਾ ਰਹੇ ਨੇ। ਕਈ ਹਾਦਸੇ ਧੁੰਦ ਦੇ ਕਰਕੇ ਹੁੰਦੇ ਨੇ ਅਤੇ ਕਈ ਹਾਦਸੇ ਆਪਣੀ ਲਾਪਰਵਾਹੀ ਕਰਕੇ। ਇਹ ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ ਕਿ ਈ ਰਿਕਸ਼ਾ ਦੇ ਵਿੱਚ ਟੱਕਰ ਮਾਰਨ ਤੋਂ ਬਾਅਦ ਇੱਕ ਮਾਂ ਧੀ ਦੀ ਮੌਤ ਹੋ ਗਈ ਹੈ। ਦਰਅਸਲ ਮਾਮਲਾ ਗੁਰਦਾਸਪੁਰ ਦੇ ਹਰਦੋਸ਼ਨੀ ਬਾਈਪਾਸ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਚੌਂਕ ਦੇ ਵਿੱਚ ਟਰੱਕ ਹੇਠਾਂ ਆਉਣ ਨਾਲ ਈ ਰਿਕਸ਼ਾ ਸਵਾਰ ਮਾਂ ਬੇਟੀ ਦੀ ਮੌਤ ਹੋ ਗਈ ਹੈ। ਤਾਂ ਮੰਦਭਾਗੀ ਖਬਰ ਹੈ, ਘਰ ਦੇ ਵਿੱਚ ਸੱਥਰ ਵੇਚ ਚੁੱਕੇ ਨੇ। ਇੱਕੋ ਝਟਕੇ ਦੇ ਵਿੱਚ ਪੂਰਾ ਪਰਿਵਾਰ ਉੱਜੜ ਗਿਆ। ਮਾਂ ਅਤੇ ਧੀ ਦੀ ਮੌਤ ਹੋ ਗਈ ਹੈ। ਘਰੋਂ ਕਿਸੇ ਕੰਮ ਦੇ ਲਈ ਰਿਕਸ਼ਾ 'ਤੇ ਬੈਠ ਨਿਕਲੀਆਂ ਸੀ ਅਤੇ ਇਹਨਾਂ ਨੂੰ ਨਹੀਂ ਪਤਾ ਸੀ ਕਿ ਅੱਗੇ ਇਹਨਾਂ ਦੇ ਨਾਲ ਇਹ ਵਾਪਰ ਜਾਵੇਗਾ। ਤਾਂ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਗੁਰਦਾਸਪੁਰ ਦੇ ਹਰਦੋਸ਼ਨੀ ਬਾਈਪਾਸ ਚੌਂਕ ਦੇ ਵਿੱਚ, ਜਿੱਥੇ ਇੱਕੋ ਝਟਕੇ ਦੇ ਵਿੱਚ ਪਰਿਵਾਰ ਉੱਜੜ ਗਿਆ, ਮਾਂ ਧੀ ਦੀ ਮੌਤ ਹੋ ਗਈ। ਤਸਵੀਰਾਂ ਦੇ ਵਿੱਚ ਤੁਹਾਨੂੰ ਟਰੱਕ ਦਿਖ ਰਿਹਾ ਹੋਵੇਗਾ, ਕਾਫ਼ੀ ਤੇਜ਼ ਰਫ਼ਤਾਰ ਦੇ ਨਾਲ ਇਹ ਟਰੱਕ ਆ ਰਿਹਾ ਸੀ। PB8 ਯਾਨੀ ਕਿ ਜਲੰਧਰ ਦਾ ਇਸਦਾ ਨੰਬਰ ਹੈ ਟਰੱਕ ਦਾ, ਅਤੇ ਇਸੇ ਟਰੱਕ ਦੇ ਹੇਠਾਂ ਆਉਣ ਦੇ ਕਰਕੇ ਇੱਕ ਮਾਂ ਧੀ ਦੀ ਮੌਤ ਹੋ ਗਈ। ਇੱਕੋ ਝਟਕੇ ਦੇ ਵਿੱਚ ਦੋ ਜਾਨਾਂ ਚਲੀਆਂ ਗਈਆਂ, ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਤਾਂ ਗੁਰਦਾਸਪੁਰ ਦੇ ਹਰਦੋਸ਼ਨੀ ਬਾਈਪਾਸ ਦੇ ਵਿੱਚ ਇੱਕ ਟਰੱਕ ਦੇ ਹੇਠਾਂ ਆਉਣ ਕਾਰਨ ਮਾਂ ਅਤੇ ਧੀ ਦੀ ਮੌਤ ਹੋ ਗਈ।